ਸਰਕਾਰੀ ITI ਪਟਿਆਲਾ ਵਿਖੇ ਅੱਜ NCC ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਦੀ ਸਰਪ੍ਰਸਤੀ ਹੇਠ NCC ਕੈਡਿਟਸ ਵੱਲੋਂ ਸਫਾਈ ਮੁਹਿੰਮ ਚਲਾਈ ਗਈ। ਇਸ ਸਫਾਈ ਮੁਹਿੰਮ ਦਰਮਿਆਨ ਲੈਫਟੀਨੈਂਟ ਜਗਦੀਪ ਜੋਸ਼ੀ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਪੂਰੇ ਕੈਂਪਸ ਦੀ ਸਫਾਈ ਕੀਤੀ ਗਈ। ਕੈਂਪਸ ਨੂੰ ਪਲਾਸਟਿਕ ਮੁਕਤ ਕੀਤਾ ਗਿਆ ਅਤੇ ਨਾਲ ਇੱਕ ਸੁਨੇਹਾ ਦਿੱਤਾ ਗਿਆ ਵੀ ਇੱਕ ਛੋਟਾ ਜਿਹਾ ਜਿਹੜਾ ਪਲਾਸਟਿਕ ਦਾ ਟੁਕੜਾ ਹੈ ਉਹ 300-400 ਸਾਲ ਦੇ ਲਈ ਇਸ ਧਰਤੀ ਨੂੰ, ਇਸ ਧਰਤੀ ਦੀ ਪੈਦਾਵਾਰ ਨੂੰ ਜਿਹੜੀ ਹੈ ਉਹ ਖਰਾਬ ਕਰ ਦਿੰਦਾ। ਜਿੱਥੇ ਅਸੀਂ ਧਰਤੀ ਨੂੰ ਆਪਣੀ ਮਾਂ ਕਹਿੰਦੇ ਹਾਂ ਉੱਥੇ ਅਸੀਂ ਆਪਣੀ ਮਾਂ ਦੇ ਉੱਤੇ ਇਸ ਤਰੀਕੇ ਗੰਦਗੀ ਪਾਉਂਦੇ ਹਾਂ, ਪਲਾਸਟਿਕ ਸੁੱਟਦੇ ਹਾਂ ਜਾਂ ਅਸੀਂ ਹੋਰ ਜਿਹੜਾ ਗੰਦ ਹੈ ਉਹਨੂੰ ਪਾਉਂਦੇ ਹਾਂ ਤਾਂ ਕਿਤੇ ਨਾ ਕਿਤੇ ਸਾਡਾ ਸਾਰੇ ਨਾਗਰਿਕਾਂ ਦਾ ਫਰਜ਼ ਬਣਦਾ ਵੀ ਅਸੀਂ ਇਸ ਧਰਤ ਨੂੰ ਸਾਫ਼ ਰੱਖੀਏ, ਕਿਉਂਕਿ ਜਦੋਂ ਗੱਲ ਇੰਡੀਵਿਜੁਅਲ ਆਉਂਦੀ ਆ ਤਾਂ ਅਸੀਂ ਇਹ ਕੰਮ ਕਈ ਵਾਰੀ ਸਰਕਾਰਾਂ 'ਤੇ ਸੁੱਟ ਦਿੰਦੇ ਹਾਂ। ਅੱਜ ਸਰ ਸਾਡੇ ਮਾਣਯੋਗ ਪ੍ਰਿੰਸੀਪਲ ਸਾਹਿਬ ਹਰਦੀਪ ਟੌੜਾ ਜੀ ਵੱਲੋਂ ਸਾਨੂੰ ਮੈਸੇਜ ਸੀਗਾ ਵੀ ਪਲਾਸਟਿਕ ਹਵਾਵਾਂ 'ਤੇ ਚੱਲ ਰਹੀਆਂ ਨੇ, ਪਲਾਸਟਿਕ ਉੱਡ ਰਹੀ ਹੈ ਕਈ ਜਗ੍ਹਾ 'ਤੇ, ਬੱਚੇ ਕੰਟੀਨ ਤੋਂ ਲੈ ਕੇ ਬਹੁਤ ਸਾਰੀਆਂ ਪਲਾਸਟਿਕ ਦੇ ਜਿਵੇਂ ਕੁਰਕਰੇ ਚਿਪਸ ਦੇ ਪੈਕਟ ਡਸਟਬੀਨ ਦੀ ਬਜਾਏ ਕਿਤੇ ਨੀਚੇ ਡੇਗ ਦਿੰਦੇ ਤਾਂ ਉਹ ਦੂਰ ਦੂਰ ਤੱਕ ਖਿਲਰ ਜਾਂਦੇ ਨੇ ਜੀ। ਅਤੇ ਅਸੀਂ ਮਾਣਯੋਗ ਸਾਡੇ ਪ੍ਰਿੰਸੀਪਲ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਣਯੋਗ TO ਸਾਹਿਬ ਸਾਡੇ ਮੇਰੇ ਨਾਲ ਨੇ ਸਾਰੀ ਟੀਮ ਸਮੁੱਚੀ ਅਤੇ ਸਾਡੇ NSS ਦੇ ਜਿਹੜੇ ਕੈਡਿਟਸ ਨੇ ਜੀ, 5 ਪੰਜਾਬ ਬਟਾਲੀਅਨ ਦਾ ਜਿਹੜਾ ਸਾਡਾ ਯੂਨਿਟ ਇੱਥੇ ਚੱਲ ਰਿਹਾ ਜੀ, ਅਤੇ ਸਾਨੂੰ ਅਸੀਂ ਨੇ ਸਹਿਯੋਗ ਲਿਆ ਜੀ ਪਾਵਰ ਹਾਊਸ ਯੂਥ ਕਲੱਬ ਵਾਲਿਆਂ ਵੱਲੋਂ, ਕਿਉਂਕਿ ਉਹ ਸਾਨੂੰ ਟੂਲ ਇਕੁਪਮੈਂਟ ਮੁਹੱਈਆ ਕਰਵਾ ਦਿੰਦੇ ਨੇ, ਕਿਉਂਕਿ ਬੱਚੇ ਪਲਾਸਟਿਕ ਚੱਕਣ ਲਈ ਕਈ ਵਾਰੀ ਗੁਰੇਜ਼ ਕਰਦੇ ਨੇ ਵੀ ਮੈਂ ਪਤਾ ਨਹੀਂ ਕਿਹਾ ਜਿਹਾ ਪਲਾਸਟਿਕ ਹੋਊਗਾ ਹੱਥ ਲਾਉਣ ਤੋਂ, ਇਸ ਲਈ ਉਹਨਾਂ ਨੇ ਸਾਨੂੰ ਸਟਿਕਸ ਪ੍ਰੋਵਾਈਡ ਕਰਵਾਈਆਂ ਨੇ ਜੀ। ਅਤੇ ਅਸੀਂ ਆਪਣੀ ਸਮੁੱਚੀ ਸੰਸਥਾ ਸਾਡੀ 25 ਏਕੜ 'ਚ ਹੈ ਜੀ, ਅਸੀਂ ਅਲੱਗ ਅਲੱਗ ਵੈਨਿਊ ਤੋਂ ਸਾਡੀ ਪਰੇਡ ਡੇ ਵਾਲੇ ਦਿਨ ਲੈਂਦੇ ਹਾਂ ਵੀ ਅਸੀਂ ਇਸ ਏਰੀਏ 'ਚੋਂ ਅੱਜ ਪਲਾਸਟਿਕ ਮੁਕਤ ਕਰਾਂਗੇ, ਕਲੀਨ ਕਰਾਂਗੇ ਜੀ। ਅਤੇ ਪਲਾਸਟਿਕ ਸਰ ਸਾਡੇ ਲਈ ਬਹੁਤ ਖਤਰਨਾਕ ਹੈ, ਅਸੀਂ ਪਲਾਸਟਿਕ ਹੀ ਹੁੰਦੇ ਜਾ ਰਹੇ ਹਾਂ ਜੀ, ਪਲਾਸਟਿਕ ਦੀਆਂ ਚੀਜ਼ਾਂ 'ਚੋਂ ਖਾ ਪੀ ਰਹੇ ਹਾਂ, ਜਦੋਂ ਕਿ ਸਾਡਾ ਸੱਭਿਆਚਾਰ ਮਿੱਟੀ ਦੇ ਬਰਤਨ, ਪਿੱਤਲ ਦੇ ਬਰਤਨਾਂ ਤੋਂ ਲੈ ਕੇ ਅਸੀਂ ਕਿਸੇ ਹੋਰ ਪਾਸੇ ਜਾ ਰਹੇ, ਸਾਡੀ ਨਵੀਂ ਜਨਰੇਸ਼ਨ ਨੂੰ ਮੈਸੇਜ ਵੀ ਦੇ ਰਹੇ ਹਾਂ ਸਰ ਅਸੀਂ ਇਹ ਵੀ ਅਸੀਂ ਪਲਾਸਟਿਕ ਘੱਟ ਤੋਂ ਘੱਟ ਯੂਜ਼ ਕਰੀਏ ਜੀ, ਕਿਉਂਕਿ ਪਲਾਸਟਿਕ ਵੱਡਾ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ ਸਾਡੇ ਦੇਸ਼ ਵਿੱਚ ਜੀ।